ਸਾਹ ਦਾ ਮਰਮਲ ਕਰ ਚੁੱਕਾ ਆਪਾਂ ਜਾ ਰਹੇ ਵੀਰੇ ਅੰਮ੍ਰਿਤਸਰ ਲੁਧਿਆਣੇ ਦੇ ਕੋਲ ਸੋਣਾ ਜਾਂ ਨੂੰ ਆਪਾਂ ਜਾ ਰਹੇ ਵੀਰੇ ਬੱਸ ਤੇ ਦੂਜੀ ਬੱਸ ਤਾਂ ਮੇਰੀ ਹੀ ਲੋਕਲ ਹੀ ਜਾ ਰਹੇ ਹਾਂ ਚੱਲੇ ਸੀ ਆਪਾਂ ਕਨੌਰੀਆ ਮਜ਼ਾ ਪੂਰਾ ਆ ਰਿਹਾ ਕਿਉਂਕਿ ਮੌਸਮ ਸੀ ਸੁਹਾਣਾ ਔਰ ਫਿਰ ਕਿਵੇਂ ਮਜ਼ਾ ਆ ਰਿਹਾ ਜਾ ਰਹੇ ਵੀਰੇ ਕਿੱਥੇ ਪਹੁੰਚ ਗਏ ਆਪਾਂ ਕਿੱਥੇ ਪਹੁੰਚ ਲੁਧਿਆਣਾ ਲੰਘੇ ਲੁਧਿਆਣੇ ਨਾ ਗਏ ਆ ਮਜ਼ਾ ਆ ਰਿਹਾ ਸਫ਼ਰ 'ਚ ਬਹੁਤ ਮਜ਼ਾ ਆ ਰਿਹਾ ਵੀਰੇ ਸਾਡੇ ਨਾਲ ਇੱਕ ਹੋਰ ਜਾ ਰਿਹਾ ਕੀ ਨਾਮ ਹੈ ਤੇਰਾ ਅੰਮ੍ਰਿਤਪਾਲ ਮੰਮੀ ਇਹਦਾ ਨਾਂ ਅੰਮ੍ਰਿਤਪਾਲ ਮੰਮੀ ਇਹਨੂੰ ਆਪਣਾ ਨਾਂ ਭੁੱਲ ਜਾਂਦਾ ਕਈ ਵਾਰੀ ਸਹੀ ਗੱਲ ਪਚਾ ਮੇਰੀ ਬਸ ਚ ਮੰਮੀ ਬਸ ਚ ਦੇ ਸਕਦੇ ਤੁਸੀਂ ਨਹੀਂ ਜਾ ਰਹੇ ਮੰਮੀ ਕਹ ਲੋ ਗੱਲਾਂ ਬਸ ਕੋਰੇ ਲੋਕ ਔਰ ਦੇ ਪਰ ਟ੍ਰੇਨ ਜਾ ਰਹੀ ਟ੍ਰੇਨ ਮੇਰੀ ਸੁਹਾਵਣਾ ਮਾਲ ਚੁੱਲਾ ਦਾ ਅੱਜ ਪਾਤਰਾ ਉਹ ਕਰਾ ਲੈ ਜੂਮ ਛੱਡ ਗਿਆ ਲੰਘ ਗਿਆ ਟ੍ਰੇਨ ਦਾ ਕੋਈ ਆ ਟ੍ਰੇਨ ਦੇਖ ਲਓ ਟ੍ਰੇਨ ਥੱਲੇ ਆ ਥੱਲੇ ਆ ਆਪਾਂ ਉੱਪਰ ਆ ਨਾ ਵੀਓ ਦੇ ਟੋਪ ਤੇ ਆ ਕੈਂਡਾ ਰਿਹਾ ਕੈਮਰੇ ਚ ਮਤਲਬ ਉਹ ਜਸਟੀ ਪੈਂਟ ਦਾ ਸਾਈਡ ਨਾਲ ਜੋ ਅਸਲ ਚ ਆ ਰਿਹਾ ਜੋ ਆ ਸਾਡਾ ਲੌਂਡਾ ਕਿੱਥੇ ਕੋ ਪਹੁੰਚ ਗਏ ਆਪਾਂ ਪਹਿਲੇ ਲੁਧਿਆਣੇ ਦਾ ਆਪਾਂ ਆ ਸਾਈਡ ਤੇ ਜਾ ਰਿਹਾ ਟਰੱਕ 2 ਘੰਟੇ ਤੱਕ ਪਹੁੰਚ ਜਾਗੇ ਹਾਂ 2 ਘੰਟੇ ਤੱਕ ਪਹੁੰਚ ਜਾਗੇ 2 ਅੱਜ ਪਿਆ ਹੈ ਮੇਰੇ ਸਾਹ 130 ਕਿਲੋਮੀਟਰ ਪਿਆ ਆ ਵੀਰੇ ਮੈਂ ਮੇਰੀ ਸ਼ਕਲ ਵੀ ਦੇਖ ਲਓ ਵੈਸੇ ਮੈਂ ਦਸਾਉਣਾ ਹੈ ਤਾਂ ਨਹੀਂ ਫੈਮਿਲੀ ਗਰੁੱਪ 'ਤੇ ਸਿੱਟ ਦਿਓ ਠੀਕ ਚੱਲ ਰਿਹਾ ਯਾਰ ਸਫ਼ਰ ਮਤਲਬ ਸਹੀ ਹੈ ਅੱਜ ਗਰਮੀ ਹੈ ਨਹੀਂ ਵੈਸੇ ਪਸੀਨੇ ਨਿਕਲ ਜਾਂਦੇ ਇਸ ਬੰਦੇ ਦੀ ਵਜ੍ਹਾ ਤੋਂ ਹੀ ਏਸੀ ਬੱਸ 'ਚ ਨਹੀਂ ਗਏ ਇਹਦੀ ਸ਼ਕਲ ਦੇਖ ਲਓ ਇਹਦੀ ਵਜ੍ਹਾ ਤੋਂ ਸਾਨੂੰ ਸਿੰਪਲ ਬੱਸ 'ਚ ਧੱਕੇ ਖਾਣੇ ਪੈਣੇ ਗੱਲ ਧਿਆਨ ਦੀ ਲਓ ਟਿਕਟ ਚੱਕ ਕੇ ਸਿੱਧੀ ਅੰਮ੍ਰਿਤਸਰ ਦੀ ਲੈ ਲਈ ਯਾਰ ਲੇਟ ਹੋ ਗਏ ਸੀ ਨਾ ਸਾਡੀ ਬੱਸ ਨਾ ਪੈਸਾ ਬਚਾਓ ਪੈਸੇ ਸਾ ਗਰੀਬ ਕਿੰਨਾ ਕੁ ਗਰੀਬ ਇੰਨਾ ਪੈਸਾ ਤੇਰੇ ਕੋਲ ਪੈਸਾ ਬਚਾਓ ਬਾਈ ਪੈਸਾ ਨਾਕੇ ਲੱਗੇ ਹੋਏ ਥਾਂ ਥਾਂ 'ਤੇ ਲੁਧਿਆਣੇ ਤੋਂ ਜਲੰਧਰ ਆਉਣਾ ਵਧੀਆ ਹਾਈਵੇ ਆ ਸਾਫ਼ ਸੁਥਰਾ ਉਹ ਦੂਰ ਆ ਦੂਰ ਜੇ ਤੁਸੀਂ ਫੀਲ ਕਰਕੇ ਦੇਖ ਸਕਦੇ ਹੋ ਸਵੇਰ ਦਾ ਕੁਛ ਨਹੀਂ ਖਾਂਦਾ ਬੜੀ ਭੁੱਖ ਲੱਗੀ ਹੋਈ ਆ ਪਹਿਲਾਂ ਨਹੀਂ ਆਇਆ ਤਾਂ ਨਹੀਂ ਖਾਂਦਾ ਸਾਡੇ ਬੰਦੇ ਨੂੰ ਉਲਟੀ ਆਈ ਸੀ ਇਸ ਲਈ ਕੋਈ ਖਿੜਕੀ ਵਾਲੇ ਬੰਦੇ ਰੱਖੇ ਸੀ ਜਿਹਨੂੰ ਜ਼ਿਆਦਾ ਆਈ ਤਾਂ ਇਹਨੂੰ ਖਿੜਕੀ 'ਚੋਂ ਬਾਹਰ ਸੁੱਟ ਦੇਣਾ ਥੱਲੇ ਅਖਬਾਰ ਰੱਖ ਕੇ ਬੈਠਾ ਮੈਂ ਨਿੰਬੂ ਲੈ ਲੈਂਦਾ ਹੱਥ 'ਚ ਆਹ ਦੇਖੋ ਹਾਈਵੇ ਕਿੱਡਾ ਸੋਹਣਾ ਫੁੱਲ ਨਜ਼ਾਰੇ ਕੰਮ ਚੱਲ ਰਿਹਾ ਮੈਂ ਥੋੜ੍ਹਾ ਜਿਹਾ ਵੈਸੇ ਆਡੀਓ ਸਹੀ ਨਹੀਂ ਆ ਰਹੀ ਹੋਣੀ ਕਿਉਂਕਿ ਹਵਾ ਬੜੀ ਚੱਲ ਰਹੀ ਹੈ ਆਪਾਂ ਬੱਸ ਦੀ ਆਵਾਜ਼ ਆ ਰਹੀ ਹੈ ਤੁਹਾਨੂੰ ਟੋਲ ਟੈਕਸ ਚਾਹੇ ਕਿਸਾਨ ਕਿਸਾਨਾਂ ਦੀ ਵਜ੍ਹਾ ਤੋਂ ਟੋਲ ਟੈਕਸ ਬੰਦ ਨੇ ਸਾਰੇ ਘੈਂਟ ਹੋਈ ਬੰਦਾ ਬੋਲ ਰਿਹਾ ਲਾਈਵ ਹੁੰਦੇ
ਵਲੌਗ ਮੇਰੇ ਵਲੌਗ ਇਸ ਲਈ ਮੈਂ ਕਈ ਵਾਰ ਆਉਂਦਾ ਮੈਂ ਇੰਨਾ ਕਰਾਂ ਜੇ ਕਿਸੇ ਬੰਦੇ ਨੇ ਦੇਖਿਆ Thank you.